ਸਤਿ ਸ਼੍ਰੀ ਅਕਾਲ ਜੀ। ਇਹ ਗੱਡੀ ਹੈਗੀ ਹੈ ਹੁੰਡਈ ਦੀ i10 ਗ੍ਰੈਂਡ, ਅਤੇ ਇਹਦੇ 'ਚ ਗੈਸ ਲੀਕੇਜ ਦਿੱਕਤ ਹੈ। ਰਾਈਡ 2 ਦਿਨ ਬਾਅਦ ਗੈਸ ਨਿਕਲ ਜਾਂਦੀ ਹੈ, ਕੋਈ ਬਰੀਕ ਲੀਕੇਜ ਹੈ। ਜ਼ਿਆਦਾਤਰ ਸੇਮ ਪ੍ਰੋਬਲਮ ਹੈ, ਸਾਰੀ ਗੱਡੀਆਂ ਤਕਰੀਬਨ ਇੱਕੋ ਇੱਕੋ ਹੀ ਆਉਂਦੀ ਹੈ, ਵੈਪੋਰੇਟਰ ਲੀਕੇਜ ਹੁੰਦੀ ਹੈ। ਫਿਰ ਵੀ ਮੈਂ ਉਹਨੂੰ ਚੈੱਕ ਕਰਾਂਗਾ, ਫਿਰ ਤੁਹਾਨੂੰ ਮੈਂ ਦੱਸਦਾ ਇਹ 'ਚ ਦਿੱਕਤ ਕੀ ਹੈ। ਇਹ ਖੋਲ੍ਹ ਕੇ ਗੱਡੀ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਵੀ ਵੈਪੋਰੇਟਰ ਲੀਕੇਜ ਹੈ। ਤਕਰੀਬਨ ਵੈਪੋਰੇਟਰ ਲੀਕੇਜ ਹੁੰਦੀ ਹੈ ਇਹਦੇ 'ਚ। ਲਓ ਜੀ ਦੋਸਤੋ, ਆਪਣੀ ਗੱਡੀ ਆ i10 ਗ੍ਰੈਂਡ, ਇਹਦਾ ਵੈਪੋਰੇਟਰ ਤੁਹਾਨੂੰ ਮੈਂ ਦਿਖਾਈ ਦਿੱਤੀ ਲੀਕੇਜ ਕੀ ਹੈ। ਮੈਂ ਸੋਚਿਆ ਅੱਜ ਪੰਜਾਬੀ ਦੀ ਵੀਡੀਓ ਬਣਾਈ ਜਾਵੇ, ਹਿੰਦੀ ਬੋਲਣ ਕੇ ਕਈ ਵਾਰੀ ਮੂੰਹ ਦੁਖਣ ਲੱਗ ਪੈਂਦਾ, ਅਤੇ ਇਸ ਲਈ ਮੈਂ ਲੀਕੇਜ ਤੁਹਾਨੂੰ ਦਿਖਾਈ ਦਿੱਤੀ ਹੈ। ਇਹ 'ਚ ਲੀਕੇਜਾਂ ਬਰੀਕ ਸੀਗੀਆਂ ਦੋ, ਇੱਕ ਤਾਂ ਸੀ HP ਸੁੱਚ ਦੀ, ਇੱਕ ਵੈਪੋਰੇਟਰ ਦੀ ਤੁਹਾਨੂੰ ਮੈਂ ਦਿਖਾਈ ਦਿੱਤੀ। ਆਹ ਕੂਲਿੰਗ ਕੋਇਲ ਆ i10 ਗ੍ਰੈਂਡ ਦੀ, ਲਓ ਜੀ ਇਹ ਆਪਣੀ ਨਵੀਂ ਬਦਲਣੀ ਹੈ, ਪੁਰਾਣੀ ਆਪਾਂ ਤੁਹਾਨੂੰ ਲੀਕੇਜ ਦਿਖਾਈ ਦਿੱਤੀ। ਇਹ ਜ਼ਿਆਦਾਤਰ ਨੋਰਮਲ ਜੀ ਗੱਲ, ਇਹ ਗਾਲੀ ਜਾਂਦੀਆਂ ਨੇ, ਬਹੁਤ ਘੱਟ ਚੱਲਦੀਆਂ ਨੇ ਇਹ। ਹੁਣ ਮੈਂ ਤੁਹਾਨੂੰ HP ਸੋਚ ਦਿਖਾਉਣਾ ਜਿਹੜੀ ਨਵੀਂ ਪਾਈ ਆ। ਆਹ HP ਸੋਚ ਆ ਆਪਣੀ, ਇਹਦੇ ਵਿੱਚੋਂ ਵੀ ਬਹੁਤ ਬਰੀਕ ਲੀਕੇਜ ਸੀਗੀ। ਆਹ ਆਪਣੀ ਪੁਰਾਣੀ ਹੈ, ਮਤਲਬ ਮੰਨ ਕੇ ਚਲੋ ਵੀ 10 ਸਕਿੰਟ ਬਾਅਦ ਇੱਕ ਬਬਲ ਸਾਂਦਾ ਸੀ ਇਹਦੇ ਵਿੱਚ। ਆਹ ਵੀ ਖਰਾਬ ਸੀ, ਨਾਲੇ ਵੈਪੋਰੇਟਰ ਦਾ ਖਰਾਬ ਤੁਹਾਨੂੰ ਦਿਖਾਈ ਦਿੱਤਾ ਵੀਡੀਓ ਦੇ ਵਿੱਚ। ਇਹ ਮੈਂ ਤਾਂ ਨਹੀਂ ਦਿਖਾ ਸਕਿਆ ਕਿਉਂਕਿ ਬਹੁਤ ਜ਼ਿਆਦਾ ਲੇਟ ਚੱਲਦਾ ਸੀ, ਵੀਡੀਓ ਨਹੀਂ ਬਣੀ ਸੀ ਇਹਦੀ। ਲਓ ਜੀ ਦੋਸਤੋ, ਆਪਣੀ ਕੂਲਿੰਗ ਕੋਇਲ ਹੈ, ਇਹਨੂੰ ਪੰਜਾਬੀ ਦਾ ਅਸੀਂ ਕੂਲਿੰਗ ਕੋਇਲ ਹੀ ਕਹਿੰਦੇ ਹਾਂ। ਚੱਲੀਏ ਆਪਣੀ ਜੀ, ਆਪਾਂ ਡੈਸ਼ਬੋਰਡ ਦਾ ਅਤੇ ਆ ਸਾਰਾ ਕੰਮ ਜਿੰਨਾ ਕੁ ਵੀ ਆਪਾਂ ਖੋਲ੍ਹਿਆ ਹੋਇਆ, ਇਹ ਜੇ ਕਰਨਾ ਹੋਵੇ ਬਾਹਲੇ ਤੋਂ ਜ਼ਿਆਦਾ ਤੋਂ ਜ਼ਿਆਦਾ 2.5 ਘੰਟੇ ਲੱਗਦੇ ਆ, ਬਾਹਲਾ ਖੁੱਲ੍ਹਾ ਟਾਈਮ ਮੰਨ ਲਓ ਤਾਂ 3 ਘੰਟੇ। ਵਾਹ ਜੀ, ਗੱਡੀ ਆਪਣੀ ਕੰਪਲੀਟ ਹੈ। ਇਹਦੀ ਕੰਪਰੈਸ਼ਰ ਦੀ ਆਪਾਂ ਸੀਲ ਵੀ ਖੋਲ੍ਹੀ ਸੀ, ਉਹ ਵੀ ਚੈੱਕ ਕੀਤੀ ਆ, ਬਿਲਕੁਲ ਓਕੇ ਆ। HP ਸੁੱਚ ਪਾਤੀ ਇਹਦੀ, ਕੂਲਿੰਗ ਕੋਇਲ ਚੇਂਜ ਕਰਤੀ, ਬਾਕੀ ਸਾਰਾ ਕੁਝ ਓਕੇ ਗੱਡੀ ਦਾ। ਆਹ ਜੀ ਹੋ ਗਈ ਹੈ ਹੁਣ ਫਿਟਿੰਗ ਸ਼ੁਰੂ, ਮਿੰਟ 5 ਦਾ ਕੰਮ ਰਹਿ ਗਿਆ ਹੋਰ ਆਪਣਾ, ਕਹਿਣਾ ਹੀ ਹੁੰਦਾ ਲੱਗਣਾ ਤਾਂ 1/2 ਘੰਟਾ ਆਪਣਾ। ਮੇਰੇ ਵੀਰੋ, ਵੀਡੀਓ ਬਣਾਉਣ ਜਾਂ ਬੋਲਣ ਦੇ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਸੌਰੀ, ਕੰਮ ਆਪਣਾ ਤਕਰੀਬਨ ਹੋ ਚੁੱਕਾ ਤੁਹਾਨੂੰ, ਅਤੇ ਬਸ ਗੱਡੀ ਆਪਣੀ ਕੰਪਲੀਟ ਹੈ, ਗੈਸ ਪਾ ਕੇ ਗੱਡੀ ਦੇ ਦਾਂਗੇ ਇਹਨੂੰ। ਜਿਹੜੀਆਂ ਆਪਣੀਆਂ ਪਹਿਲਾਂ ਵੀਡੀਓਜ਼ ਬਣੀਆਂ ਨੇ 13-14, ਉਹ ਸਾਰੀਆਂ ਹਿੰਦੀ 'ਚ ਬਣੀਆਂ ਨੇ ਕਿਉਂਕਿ ਮੇਰੇ ਦੋਸਤ ਕਹਿੰਦੇ ਯਾਰ ਇੱਕ ਅੱਧੀ ਪੰਜਾਬੀ 'ਚ ਹੀ ਹੋਣਾ। ਬਸ ਮੈਂ ਕਿਹਾ ਲਓ ਜੀ ਫਿਰ ਥੋੜ੍ਹਾ ਖੁੱਲ੍ਹਾ ਖੁੱਲ੍ਹਾ ਬੋਲਾਂਗੇ, ਅਤੇ ਤੁਹਾਨੂੰ ਪਤਾ ਜੇ ਪੰਜਾਬੀ ਬੰਦਾ ਬੋਲਦਾ ਤਾਂ ਫਿਰ ਥੋੜ੍ਹਾ ਟੇਢਾ ਮੇਢਾ ਹੋਈ ਜਾਂਦਾ ਕੰਮ, ਅਤੇ ਇਸ ਲਈ ਮੈਂ ਵੀਡੀਓ ਜਿਹੜੀ ਪੰਜਾਬੀ 'ਚ ਬਣਾਈ ਆ। ਅਤੇ ਤੁਹਾਨੂੰ ਪਸੰਦ ਆਵੇ ਲਾਈਕ ਕਮੈਂਟ ਜਾਂ ਕੋਈ ਸ਼ੇਅਰ ਵਗੈਰਾ ਜ਼ਰੂਰ ਕਰਿਓ, ਦੱਸਿਓ ਗਲਤੀ ਗੁਲਤੀ ਭਰਾ ਤੋਂ ਹੋਵੇ ਮਾਫ਼ ਕਰਿਓ। ਸਤਿ ਸ਼੍ਰੀ ਅਕਾਲ ਜੀ।